ਸਾਸਰੀ ਗਾਲ ਜੀ ਮੈਂ ਥਾਰਾ ਗੱਲਾਂ ਗਲਾਕੜ ਪਾਰੰਦੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਘਾ ਦਿਗਾ ਸਵਾਗਤ ਆਜ ਗਿਆਂ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਸਾਂਝੀਆਂ ਆਰ ਵੀਰ ਕਮੈਂਟ ਸਾਰਿਆਂ ਕੇ ਪੜੇ ਜਿਤਨੇ ਮੇਰੇ ਵੀਰ ਭੈਣ ਭਾਈ ਯੋ ਮੇਰੇ ਕਮੈਂਟ ਪੜਾਂ ਆ ਪ੍ਰੋਗਰਾਮ ਉਥਾ ਦੇਖਾ ਵੀਰ ਬਹੁਤ ਵਧੀਆ ਲੱਗਿਆ ਸੇਤ ਕੀ ਗੱਲਬਾਤ ਹੋਈ ਜਿੱਤਾ ਕਮੈਂਟਾਂ ਕੇ ਵਿੱਚ ਵੀਰ ਸੇਤ ਅੱਗੇ ਨਾਲੋਂ ਵੈਸੇ ਕੈਲੋ ਵੀ ਰੁਪਈਏ ਮਾਤੇ 25 ਪੈਸੇ ਫਰਕ ਪੈ ਗਿਆ ਇਸੀ ਕਰਕੇ ਪੂਰਾ એનਰਜੀਟਿਕ ਪ੍ਰੋਗਰਾਮ ਮੈਂ ਨਹੀਂ ਦੇ ਰਿਹਾ ਤੁਹਾਨੂੰ ਇਸ ਵਾਸਤਾ ਮੈਂ ਮਾਫੀ ਚਾਹਾਂ ਥਾਰੇ ਤੇ ਪਰ ਖਾਬਰਾ ਥਾਰੇ ਤੱਕ ਪਹੁੰਚਾਣੇ ਦੀ ਕੋਸ਼ਤ ਕਰਾਂ ਪੂਰੀ ਆ ਰ ਹੈਡਲਾਈਨਾਂ ਕੇ ਵਿੱਚ ਜਿੱਥਾ ਬਾਤ ਕਰਾਂਗੇ ਯੂ ਬੀਰ ਡੇਰਾ ਪ੍ਰੇਮੀਆ ਕੀ ਇੱਕ ਵੀਰਾ ਕਮੇਟੀ ਬਣ ਗਈ ਕਾ 69 ਸੀਟਾਂ ਦਾ ਰੌਲਾ ਵੀਰ 69 ਬਹੁਤ ਹੋਵਾ 117 ਸੀਟਾਂ 69 ਸੀਟਾਂ ਜਿਸ ਬੰਦੇ ਕੇ ਹੱਕਮਾਂ ਚਲੇ ਗਈਆਂ ਪੰਜਾਬ ਦੇ ਵਿੱਚ ਵਾਹ ਬੰਦਾ ਸਰਕਾਰ ਖੜੀ ਕਰ ਲੇਗਾ 69 1 ਘੱਟ 70 70 ਸੀਟਾਂ ਜਿਸ ਬੰਦੇ ਵਾ ਆ ਗਈਆਂ ਵੀਰੋ ਸਮਝੋ ਵਾ ਬੰਦਾ ਪੰਜਾਬ માં ਆਪਣੀ ਸਰਕਾਰ ਖੜੀ ਕਰ ਗਿਆ ਪਰ ਇਸੇ ਕਰਕੇ ਜੋ ਕਹਿ ਰਿਹਾ ਵੀਰ ਇੱਕ ਬੜੀ ਇੱਕ ਚਿੰਤਾ ਇੱਕ ਬੜੀ ਟੈਨਸ਼ਨ ਜਿਹੜੀ ਇਸ ਵਕਤ ਜੇ ਬਾਤ ਕਰਾਂ ਪੰਜਾਬ ਕੀ ਸਿਆਸੀ ਰੰਗ ਵਿੱਚ ਇਹ ਮੀਟਿੰਗ ਡੇਰਾ ਆਰਾਮ ਰਹੀਮ ਪਾਰਟੀ ਜਿਹੜੀ ਇਹ ਕਰ ਰਹੀ ਮੀਟਿੰਗ ਕਿਸਕੇ ਹੱਕ ਮੈਂ ਵੋਟਾਂ ਭਗਤਾਣੀਆਂ ਜੋ ਦੱਸेंगे ਔਰ ਬਾਪੂ ਪ੍ਰਕਾਸ਼ ਬਾਦਲ ਜੀ ਬਾਤ ਕਰਾਂ ਵੀਰ ਬਾਪੂ ਪ੍ਰਕਾਸ਼ ਬਾਦਲ ਇਸਨੇ ਦੱਸਿਆ ਵੀਰ ਮੈਂ ਬਹੁਤ ਠੀਕ ਠਾਕ ਬਿਲਕੁਲ ਤੰਦਰੁਸਤ ਸਰੀਰ ਬਾਗੋ ਬਾਗ ਮੈਨੂੰ ਕੁਛ ਨਹੀਂ ਹੋਇਆ ਮੈਂ ਚੋਣਾ ਲੜਾਂਗਾ ਔਰ ਬਾਪੂ ਬਾਦਲ ਕਹਿ ਰਿਹਾ ਵੀ ਕੋਈ ਐਸੀ ਖਤਰੇ ਵਾਲੀ ਬਾਤ ਹੈ ਨਹੀਂ ਮੁਲਾਕਾਤਾਂ ਦਾ ਦੌਰ ਮਤਲਬ ਇਹੋ ਕਹਿ ਲਓ ਬਾਬੇ ਦਾ ਫੇਰ ਰੀਚਾਰਜ ਹੋ ਗਿਆ 20 ਤਰੀਕ ਤੱਕ ਬਾਬਾ ਫੇਰ ਨਹੀਂ ਢਿੱਲਾ ਪੈਂਦਾ ਵੋਟਾਂ ਪੈਣ ਤੇ ਬਾਪੇ ਦਾ ਸਰੀਰ ਪੱਕਾ ਢਿੱਲਾ ਹੋਵੇਗਾ ਕਿਉਂਕਿ ਵੀਰ ਫਿਰ ਖੱਜਲ-ਖੁਬਾਰੀ ਜ਼ਿਆਦਾ ਹੋ ਜਾ ਬੰਦੇ ਨੂੰ ਇਸ ਕਰਕੇ ਕਹ ਲਿਓ ਫਿਰ ਬੰਦੇ ਨੂੰ ਮਤਲਬ ਆਰਾਮ ਕਰਨੇ ਕੀ ਲੋੜ ਪਵੇਗੀ ਔਰ ਬਾਪੇ ਨੇ ਫਿਰ ਜੋ ਕਹ ਲਓ ਪੌਰੇਮਾ ਚਲੇ ਜਾਣਾ ਵੀਰ ਫਿਰ ਜੋ ਅੰਡਰਗਰਾਊਂਡ ਹੋ ਜਾਏਗਾ ਬਾਬਾ ਬੈੱਡ ਪਰ ਰੈਸਟ ਕਰੇਗਾ ਜੋ ਕਹਿ ਸਕਾਂ ਆਪਾਂ ਪਰ ਉੱਥਾਈ ਪੰਜਾਬ ਵਿਧਾਨ ਸਭਾ 2022 ਗਿਆ ਚੋੜਾਂ ਦੀ ਜੇ ਬਾਤ ਕਰਾਂ 13 ਤਰੀਕ ਨੂੰ ਐਤਵਾਰ ਵਾਲੇ ਦਿਨ ਪੰਜਾਬ ਦੇ ਵਿੱਚ ਯਾਨੀ ਕਿ ਅੱਜ ਤੇ 2 ਦਿਨ ਬਾਅਦ ਅਮਿਤ ਸਾਹ 14 ਤਰੀਕ ਵੈਲੈਂਟਾਈਨ ਡੇ ਵਾਲੇ ਦਿਨ ਇਹ ਮੋਦੀ ਸਾਹਿਬ ਇਹ ਪੰਜਾਬ ਆ ਰਹੇ ਆ ਅਮਿਤ ਸਾਹ ਦਾ ਦੌਰਾ ਜਿੱਥਾ ਜਲੰਧਰ ਰਹੇਗਾ ਜਲੰਧਰ ਦੇ ਬਾਅਦ ਬਾ ਪਟਿਆਲੇ માં ਚੋਣ ਪ੍ਰਚਾਰ ਕਰਨਗੇ ਆ ਵੀਰ ਹਕੀਕਤ رائے ਗਰਾਊਂਡ ਜਿਹੜਾ ਵੀਰ ਪਟਿਆਲੇ ਵਿੱਚ ਯੋ ਵੀਰ ਹਕੀਕਤ رائے ਗਰਾਊਂਡ ਦੇ ਵਿੱਚ ਮਾਂ ਜਨ ਸਭਾ ਨੂੰ ਸੰਬੋਧਨ ਕਰਨਗੇ ਅਮਿਤ ਸ਼ਾ ਪਟਿਆਲੇ ਦੇ ਅੰਦਰ ਆਰੇ ਪਟਿਆਲੇ ਕੇ ਅੰਦਰ ਯੋ ਤੁਹਾਨੂੰ ਪਤਾ ਵੀ ਯੋ ਜਿਹੜਾ ਬੜਾ ਕੱਟ ਹੋਵੇਗਾ ਰਿਸਕੇ ਵਿੱਚ ਮਾ ਕੈਪਟਨ ਅਮਰਿੰਦਰ ਸਿੰਘ ਕੀ ਖਾਸ ਭੂਮਿਕਾ ਇਸਕੇ ਵਿੱਚ ਮਾ ਦੇਖਣ ਨੂੰ ਮਿਲੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾਤਾ ਭਾਈ ਮੈਂ ਯੋ ਟੈਲੀਫੋਨ ਮੈਨੂੰ ਤੜਕੇ ਆ ਜਾ ਕਦੇ ਕਦੇ ਤੜ ਸਵੇਰੇ ਆ ਜਾ ਕਦੇ ਕੁਸਥਾ ਨਾਲ ਸੁਣਿਆ ਤਾਂ ਖੈਰ ਵੀਰ ਮੈਂ ਤਾਂ ਜਾਦਾ ਇਸ ਵਿੱਚ ਵਿੱਚ ਮਾ ਜਿਆਦਾ ਕਿਆ ਕਹਾ ਤੁਹਾਨੂੰ ਪਰ ਉੱਥਾਈ ਵੀਰ ਜੇ ਬਾਤ ਕਰਾਂ ਯੋ ਚੋਣ ਪ੍ਰਚਾਰ ਇਵ ਜੀ ਆਇਆਂ ਨੂੰ ਕਹਾ ਮੈਂ ਤਾਂ ਬਾਕੀ ਵੀਰ ਇਹ ਪੰਜਾਬ ਦਾ ਕੁਝ ਭਲਾ ਹੋ ਜੇ ਚੰਗੀ ਬਾਤ ਈਬ ਜੇ ਮਾਲਵੇ ਦੀ ਧਰਤੀ ਉੱਪਰ ਯਾਰ ਆ ਰਹੇ ਭਾਜਪੀ ਕੇ ਆਣ ਦਿਓ ਮੈਂ ਤਾਂ ਇਹੋ ਕਹਾ ਬਈ ਜਿਹੜੇ ਫੰਡ ਜਿਹੜੇ ਪੈਸੇ ਇਹਨਾਂ ਨੇ ਐਲਾਨ ਕਰਨੇ ਕਰਨ ਤੋਂ ਦਿਓ ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਭਾਜਪੀ ਵਾਲਾ ਨੇ ਕਿਹਾ ਬਹੁਤ ਗੱਫੇ ਲੇ ਕੇ ਆਇਆ ਤਾਂ મોદી ਥਾਂ ਨੇ ਤਾਂ ਕਾ ਪਿੱਛਾ ਹੀ ਮੋੜਦੇ ਆ ਕਾ ਜੇ ਨਾ ਮੋੜਦੇ ਪਿੱਛਾ ਕਾ ਤਾਂ ਆਪ ਤਾਂ ਨਜ਼ਾਰੇ ਲੁੱਟਦੇ ਇਸcar ਕਾ ਐਤ ਕੀ ਲਗ ਰਹਾ ਵੀ ਸੈਦ ਇਨਕੀ ਰੈਲੀ ਕੇ ਵਿਚ ਮਾ ਬਿਗਨ ਸੈਦ ਪਵੇ ਚਲੋ ਪਵੇਗਾ ਤਾਂ ਸਹੀ ਪਰ ਉਤਨਾ ਨਹੀਂ ਪਵੇਗਾ ਪਰ ਇਹੋ ਬਾਤ ਪੱਕੀ ਵੀ ਬਿਗਨ ਪਾਣੇ ਵਾਲੇ ਜਿਹੜੇ ਬੰਦੇ EVSC ਕੇ ਉਪਰ ਨਿਗਾ ਰੱਖਣਗੇ ਵੀ ਦੇਖਾ ਮੋਦੀ ਦੇਖਾ ਕਿਆ ਜਾਏਗਾ আর ਉਧਰ ਮੈਂ ਕਿਸਾਨਾਂ ਕਾ ਦਿਲ ਜਿੱਤਣ ਵਾਸਤਾ ਨਿਕਲਿਆ ਦੇਸ਼ ਕੇ ਹਿਤਮਾਇਕ ਕਾਨੂੰਨ ਵਾਪਸ ਲਾਏ ਯੋ ਮੋਦੀ ਸਾਹਿਬ ਕਾ ਬਿਆਨ ਪਰ ਕਾ ਮੈਂ ਕਿਸਾਨਾਂ ਕਾ ਦਿਲ ਜਿੱਤਣਾ ਦਾ ਲੈ ਦੱਸ 750 ਕਿਸਾਨ ਸ਼ਹੀਦ ਹੋ ਗਏ ਉਸ ਤੇ ਬਾਅਦ ਜਾ ਕੇ ਇਸ ਨੂੰ ਪਤਾ ਲੱਗਿਆ ਭਈ ਯੋ ਕਸ ਕਾਨੂੰਨ ਸਹੀ ਨਹੀਂ ਪੂਰੇ ਦੇਸ਼ ਵਿਦੇਸ਼ ਅਮਰੀਕਾ ਕੈਨੇਡਾ ਦੇ ਵਿੱਚ ਜਿੱਥਾ ਪਾਰਲੀਮੈਂਟਾਂ માં ਯੋ ਕਾਨੂੰਨ ਗੂੰਜ ਗਿਆ ਇੰਗਲੈਂਡ ਕੇ ਯੋ ਪਾਰਲੀਮੈਂਟ માં ਗੂੰਜ ਗਿਆ ਓਟਵਾ ਪਾਰਲੀਮੈਂਟ માં ਗੂੰਜ ਗਿਆ ਯੋ ਕਹ ਰਿਹਾ ਕੰਮ ਕਿਸਾਨਾਂ ਦਾ ਦਿਲ ਜਿੱਤਣ ਨਿਕਲਿਆ ਦਾ ਦੱਸ ਇਹ ਤਾਂ ਉਹ ਬਾਤ ਬਣ ਗਈ ਵੀ ਫਾਂਸੀ ਚਾੜਕਾਂ ਜਦ ਸਾਹ ਨਿਕਲ ਲੱਗੇ ਬੰਦੇ ਨੂੰ ਤਲੈ ਤਾਰਕਾ ਉਸ ਨੂੰ ਕਹਤਿਆ ਵੀਰ ਮੈਂ ਤੈਨੂੰ ਬਚਾਇਆ ਇਹੋ ਕੰਮ ਕਰਤਿਆ ਬਾਕੀ ਬਾਪਸ ਕਾਂ ਲਾਇ ਬੀਰ ਜੋ ਤਾਂ ਕਿਸਾਨਾਂ ਨੇ ਡਾਂਗ ਲਾ ਬਾਬਸ ਕਰਾਏ ਇਸਮਾ ਕੋਈ ਦੋਰਾਏ ਨਹੀਂ ਜਿਹੜੀ ਗੱਲ ਸੱਚ ਸੱਚ ਆਰ ਉਧਰ ਪੰਜਾਬ ਨੂੰ ਕਹਰੇ ਜੀ ਇੱਕੋ ਬੰਦਾ ਬਚਾ ਸਕਾ ਆਰ ਬਾ ਬੰਦਾ ਕੌਣ ਨਵਜੋਤ ਸਿੰਘ ਸਿੱਧੂ ਕਹਰੇ ਸਿੱਧੂ ਬਚਾ ਸਕਾ ਇਹੋ ਕੌਣ ਕਹਿਰੀ ਸਿੱਧੂ ਕੀ ਕੁੜੀ ਰਾਬੀਆ ਸਿੱਧੂ ਔਰ ਕਦਰ ਸੇਵਾ ਕੀ ਹੁਬਾ ਕੁੜੀ ਨੂੰ ਯੋ ਨਹੀਂ ਪਤਾ ਵੀ ਕੁਰਸੀ ਕੇ ਲਾਲਚੀਆਂ ਕੀ ਸੇਵਾ ਨਹੀਂ ਹੁੰਦੀ ਯੋ ਆ ਯੋ ਬਚਾਣੇ ਕੀ ਬਾਤ ਜਿੱਤਾ ਕਹਿ ਰਹੀ ਵੀ ਪੰਜਾਬ ਨੂੰ ਇੱਕੋ ਇਨਸਾਨ ਬਚਾ ਸਕਾ ਵੀ ਪੰਜਾਬ ਕਿਹੜਾ ਵੀ ਟਾਈਟੈਨਿਕ ਜਹਾਜ਼ ਵੀ ਜਿਹੜਾ ਡੁੱਬਣੇ ਵਾਲਾ ਵੀ ਇਸ ਨੂੰ ਡੁੱਬਣ ਦੇ ਬਚਾਣਾ ਪਵੇਗਾ ਹੈ ਬਾਕੀ ਤੇਰਾ ਪਾਪਾ ਆਮ ਆਦਮੀ ਪਾਰਟੀ ਮੇਂ ਜੇ ਸ਼ਾਮਲ ਹੁੰਦਾ ਸਹਿ ਠੋਕੋ ਤਾਲੀ ਉਧਰ ਜਾ ਕੇ ਕਰਦਾ ਜਿਆਦਾ ਫਾਇਦਾ ਹੋਣਾ ਤਾਂ ਇਸ ਨੂੰ ਹਰ ਵੋਟਾਂ ਕੇ ਟਾਈਮ ਇਹਨਾਂ ਨੂੰ ਚੇਤਾ ਆ ਜਾ ਆਹ ਵਿਰੋਧੀ ਘਾਰੇ ਦਾ ਸਿੰਗਾਪੁਰ ਮੈਂ ਜਾਂਦੀ ਰਹੀ ਹੈ ਉਹ ਚੀਜ਼ਾਂ ਚਲੋ ਖੈਰ ਆਪਾਂ ਦੋ ਇਸ ਦੇ ਉੱਪਰ ਵਿਚਾਰ ਕਰਦੇ ਕਿਉਂਕਿ ਦੇਖੋ 3 ਧਿਆਣੀਆਂ ਸਭ ਦੀਆਂ ਇੱਕ ਵਰਗੀਆਂ ਹੋਮਾ ਵੀਰ ਆਪਾਂ ਸੋਮਾ ਬੈਗਾ 2 ਮਿੰਟ ਕੀ ਟੀਪ ਟੀਪੀਆਰ ਵਿਧਾਨ ਬਸਤਾ ਇਹ ਉੱਪਰ ਇਹ ਤਰੰਗ ਗੱਲਾਂ ਚੰਗੀਆਂ ਲੱਗਦੀਆਂ ਕੱਲ ਇਹ ਬਾਪੂ ਪ੍ਰਕਾਸ਼ ਬਾਦਲ ਦੀ ਪੋਤੀ ਵੀ ਫਿਰਦੀ ਠਿਕਟਾਂ ਇਹ ਵੋਟਾਂ ਮੰਗਦੀ ਜਲਾਲਾਬਾਦ ਮਾ ਸਵੀਰ ਬਾਦਲ ਖਾਤਰ ਦੇਖੋ ਨਿਆਣਿਆਂ ਨੂੰ ਰਾਜਨੀਤੀ ਵਿੱਚ ਲੈ ਆਣਾ ਇਹੋ ਤਾਂ ਚਲੋ ਖੈਰ ਬਣਦੀ ਨਹੀਂ ਬਾਤਾਂ ਕੁੜੀਆਂ ਦੀ ਬਾਤ ਕਰਾਂ ਚਲੋ ਕੁੜੀਆਂ ਸਾਰਿਆਂ ਨੇ ਭੇਜਿਆ ਵਾ ਬਾਕੀ ਉਹ ਕਹਿ ਲੋ ਵੀ ਰਾਬੀਆ ਇਸ ਨੂੰ ਯੋ ਨਹੀਂ ਪਤਾ ਲੱਗਿਆ ਵੀ 5 ਸਾਲ ਪਹਿਲਾਂ ਇਸਕੇ ਪਾਪੇ ਕੀ ਸਰਕਾਰ ਦੀ ਜਾਦ ਇਸਕਾ ਪਾਪਾ ਕਿਉਂ ਨਹੀਂ ਬਣਾ ਸਕਿਆ ਇਹ ਸਾਰੇ ਟੱਬਰ ਗਿਆ ਚੀਕਾ ਨਿਕਲੇ ਜਿੱਥਾ ਨਵਜੋਤ ਕੌਰ ਸਿੱਧੂ ਰੋਜ਼ ਕਹਿ ਰਹੀ ਗਾ ਮੇਰੇ ਘਰ ਵਾਲਾ ਬਹੁਤ ਜ਼ਿਆਦਾ ਇੰਟੈਲੀਜੈਂਟ ਯੋ ਇਸ ਤੇ ਜ਼ਿਆਦਾ ਇੰਟੈਲੀਜੈਂਟ ਚੰਨੀ ਦੇ ਜ਼ਿਆਦਾ ਗਰੀਬ ਪਤਾ ਨਹੀਂ ਕਿਆ ਕੁਸ ਕਿਹਾ ਯੋ ਕਹਿ ਲੋ ਵੀਰਾ ਪਰ ਬਾਕੀ ਉਹ ਕਹ ਲਓ ਵੀ ਇਹ ਕੁੜੀ ਦਾ ਜੇ ਪਾਪਾ ਪੂਆਗਾ ਨਹੀਂ ਹੋਇਆ ਫਿਰ ਪੰਜਾਬ ਕੇ ਲੋਕਾਂ ਕੀ ਥਾ ਹੋ ਜਾਏਗਾ ਇਹ ਉਹ ਵਿਜੀਠੀ ਕਾ ਕਹਿਣਾ ਬਾਕੀ ਸਿੱਧੂ ਮਾਡਲ ਜੋ ਕਹ ਲਓ ਕਾਂਗਰਸ ਇਹਨਾਂ ਨੇ ਨਹੀਂ ਮੰਨਤਾ ਦਾ ਹੀ ਸਿੱਧੂ ਕੇ ਮਾਡਲ ਨੂੰ ਸੋਨੀਆ ਲਾਂਦੀ ਦਾ ਛੋਕਰਾਨ ਇਸ ਕੇ ਪਰਹਾਨਾ ਕਰ ਕਾ ਗਿਆ ਫਿਰ ਹੋਰ ਕਿਸੇ 바 ਕੀ ਉਮੀਦ ਰੱਖੇਂਗੇ ਆਪਾਂ ਬਾਕੀ ਇਸ ਕੇ ਗੈਲਗਲ ਰਾਮ ਰਹੀਮ ਨੂੰ ਫਰ ਲੋ ਦੇਣ ਕੇ ਵਿੱਚ ਮਨੋਰ ਲਾਲ ਖੱਟਰ ਨੇ ਸਫਾਈ ਦੇਈ ਕਾ ਵੀ ਕੋਰਟ ਕੇ ਕਾਨੂੰਨ ਕੇ ਮਤਾਬਿਕ ਇਹ ਕੰਮ ਹੋਇਆ ਮਤਲਬ ਇਹੋ ਕਹਿ ਲੋ ਵੀ ਉਸਨੇ ਆਪਣਾ ਪੱਲਾ ਝਾੜਤਾ ਵੀ ਮਾਨ ਨਾ ਨਹੀਂ ਦਵਾਈ ਇਹ ਤੋ ਹੱਕ ਸਾਰਿਆਂ ਨੂੰ ਕਾ ਵੀ ਕਿਸੇ ਨੇ ਜ਼ਮਾਨਤ ਲੈਣੀ ਕਾ ਵਾ ਬੰਦਾ ਕੋਰਟ ਦਾ ਦਰਵਾਜ਼ਾ ਖੜਕਾਸ ਕਰ ਕੋਰਟ ਕੇ ਆਦੇਸ਼ਾਂ ਦੇ ਹਿਸਾਬ ਗੈਲ ਕਾ ਅਜ ਨੂੰ ਜ਼ਮਾਨਤ ਮਿਲੀ ਪਰ ਮੈਂ ਯੋ ਕਹਾ ਵੀ ਬਾਬੇ ਨੂੰ ਫਰਲੋ ਨਹੀਂ ਮਿਲੀ ਬਾਬੇ ਨੂੰ ਯੋ ਕਹਿ ਲੋ ਵੀਰਾ ਇਹਨਾਂ ਨੇ ਇਹ ਕਹਿ ਵੀ ਪ੍ਰੋਲ ਪਾਣੀ ਛੱਡਿਆ ਯੋ ਟੈਸਟਿੰਗ ਟੈਸਟ ਡਰਾਈਵ ਜਿਤਨਾ ਹੋਵਾ ਉਸ ਤਰ੍ਹਾਂ ਟੈਸਟਿੰਗ ਪਾ ਛੱਡਿਆ ਵਾ ਭਈ ਜੇ ਤੋਂ ਪੰਜਾਬ ਮਾਂ ਬਣ ਗਈ ਸਰਕਾਰ ਮਾਰੀ ਫੇਰ ਤੋਂ ਵੀਰ ਯੋ ਕਹਿ ਲੋ ਬਈ ਅੱਗਾ ਜਿਹੜੀ ਪਰੋਲ ਇਸ ਨੂੰ ਪੱਕੀ ਕਰ ਦੇਂਗੇ ਨਹੀਂ ਫਿਰ ਚੱਕ ਆ ਇਸ ਨੂੰ ਫੇਰ ਪੱਕਾ ਅੰਦਰ ਕਰ ਦੇਂਗੇ ਜੇ ਉਹ ਕੰਮ ਹੋਵੇਗਾ ਆਰ ਯੋ ਨਾ ਹੋਇਆ ਤਾਂ ਮੰਨੂ ਫੜ ਲਿਓ ਜੇ ਉਹੀ ਸਿਸਟਮ ਹੋਵੇਗਾ ਆਰ ਗਰੰਟੀ ਗੱਲ ਕਹਿ ਰਿਹਾ ਕਿਉਂਕਿ ਵੀਰਾ ਯੋ ਇਹ ਮੌਕੇ ਪਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਮੀਟਿੰਗ ਹੋਈ 69 ਸੀਟਾਂ ਕੀ ਬਾਤ ਜਿਹੜੀ ਤੁਹਾਨੂੰ ਦੱਸੀ ਮੈਂ ਯੋ ਕਿਤੇ ਨਾ ਕਿਤੇ 69 ਸੀਟਾਂ ਖਟਕਣ ਲੱਗ ਗਈਆਂ ਈ ਵੀ ਜਿਹੜਾ ਤਰਸੀਟਾਂ માં ਜੇ ਇਹਨਾਂ ਨੇ ਇਨਕੇ ਚੇਲਿਆਂ ਨੇ ਬੋਟਾ ਪਾ ਵੀ ਦਈਆਂ ਔਰ ਜੇ 5-7 ਸੀਟਾਂ ਇੱਧਰ ਉੱਧਰ ਈਵੀਐਮ ਹਿੱਲ ਗਈਆਂ ਫੇਰ ਵੀਰ ਦੱਸੋ ਫੇਰ ਸੋਚੋ ਕਿਆ ਬਣੇਗਾ ਪੰਜਾਬ ਦੇ ਵਿਚমা ਸਰਕਾਰ ਕਿਸ ਦੀ ਬਣੇਗੀ ਇਹੋ ਥਾਂ ਵੀ ਬਹੁਤ ਚੰਗੀ ਤਰ੍ਹਾਂ ਜਾਣਾ ਕਿਉਂਕਿ ਵੀਰ ਜੇ ਬਾਤ ਕਰਾਂ ਕਿਉਂਕਿ ਵੀਰ ਦੇਖੋ ਈਬਾ ਲੋਕਾਂ ਨੂੰ ਇਹ ਰੁਝਾਨ ਬਈ ਇਹ ਸਰਕਾਰ ਨਹੀਂ ਬਣ ਸਕਦੀ ਔਰਾ ਇਹ ਨਹੀਂ ਹੋ ਸਕਦਾ ਪਰ ਇਹੋ ਬਾਤ ਪੱਕੀ ਭਾਈ ਜੇ ਇਹ ਕਲੋ ਸਰਸੇ ਵਾਲਿਆਂ ਨਾਲ ਕਲੀਅਰ ਕਰਤਾ ਵੀ ਆਪਾਂ ਨੇ ਇਹਨਾਂ ਨੂੰ ਵੋਟਾਂ ਦੇਣੀਆਂ ਫਿਰ ਕਾਫੀ ਚੀਜ਼ਾਂ ਕਲੀਅਰ ਹੋ ਜਾਈਆਂ ਜਿਸ ਦੇ ਵਿੱਚੋਂ ਇਹੋ ਕਿਹਾ ਜਾ ਸਕਾ ਭਾਈ ਇਹੋ ਚੀਜ਼ ਮਤਲਬ ਉਹਨਾਂ ਕਰਕੇ ਵੋਟਾਂ ਪੈ ਗਈਆਂ ਨਹੀਂ ਤਾਂ ਵੀਰ ਆਪਾਂ ਜਿੱਤੇ ਹੋਏ ਤੇ ਆ ਰੁਦਰ ਹਿਬ ਬਲਾਤਕਾਰ ਕਰਨ ਵਾਲੇ ਬੰਦਿਆਂ ਨੂੰ ਮਾਰੇ ਦੇਸ਼ ਦੇ ਵਿੱਚ ਮਾ ਪ੍ਰੋਲ ਮਿਲ ਜਾ ਇੱਕ ਬਾਤ ਸੋਚਣ ਵਾਲੀ ਅਰ ਜਿਹੜੇ ਬੰਦੇ ਨੇ ਮਹਾਰੀ ਇੱਜ਼ਤਾਂ ਬਚਾਈਆਂ ਉਹਨਾਂ ਨੂੰ ਜਿਹੜੇ ਨੇ ਸਜ਼ਾ ਵੀ ਪੂਰਾ ਕਰ ਲਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਹਰ ਬਾਕੀ ਉਹ ਕਹ ਲੋ ਵੀ ਬਾਬਾ ਆਪਣੇ ਸਾਭ ਕੇ ਰਾਜਨੀਤੀ ਕਰੇਗਾ ਦੇਖਣਾ ਹੋਵੇਗਾ ਅਰ ਉਧਰ ਭਾਜਪੀ ਮਾ بڑا ਸਿਆਸੀ ਧਮਾਕਾ ਕੱਲ ਹੀ ਖਿਆ ਵਾ ਇੱਕ ਪੱਤਰਕਾਰ ਨੇ ਕਾ ਡਬਲਯੂ ਡਬਲਯੂ ਐਫ ਮਾ ਯੋ ਜਿਹੜਾ ਚਲੇ ਗਰਤਾ ਗ੍ਰੇਟ ਖਲੀ ਕਾ ਹੈ ਭਾਜਪਾ ਮਾ ਸ਼ਾਮਲ ਹੋ ਗਿਆ ਪਰ ਮੈਂ ਇਸ ਨੂੰ ਧਮਾਕਾ ਨਹੀਂ ਇਸ ਨੂੰ ਧਮਾਕੀ ਕਹਾ ਯੋ ਕਹ ਲੋ ਵੀਰ ਇਹ ਕੋਈ ਬੜਾ ਧਮਾਕਾ ਨਹੀਂ ਤੁਸ ਨੂੰ ਕਹਿ ਸਕਦੇ ਆਪਾਂ ਗਿੱਲੀ ਤਿੱਲੀਆਂ ਔਰ ਫੁੱਸ ਬੰਬ ਇਹ ਕਦੇ ਵੀ ਕਿਸੇ ਕੇ ਕੰਮ ਨਹੀਂ ਆਉਂਦੇ ਬਹੁਤੇ ਬਾਕੀ ਫਰਕ ਤੋਂ ਕੈਪਟਨ ਅਮਰਿੰਦਰ ਸਿੰਘ ਐਲ ਨਹੀਂ ਪਿਆ ਕਿਸੇ ਨੂੰ ਬਾ ਵੀ ਕਹਿ ਰਹੇ ਤੇ ਕਹ ਰਾਜਾ ਜਾ ਰਿਹਾ ਭਾਜਪਾ ਪਤਾ ਨਹੀਂ ਕੀ ਹੋ ਜੇਗਾ ਲਾ 10 ਵਾਹੀ ਰਾਜਾ ਜਿਹੜਾ ਹੀ ਰੈਲੀਆਂ ਕਰਾ ਰਿਹਾ ਪਟਿਆਲੇ ਦੇ ਵਿਚਕਾਰ ਵਾਹੀ ਲੋਕ ਜਿਹੜੇ ਰਾਜੇ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੇਗੇ আর ਰਾਜੇ ਕੀ ਰੈਲੀਆਂ ਕੇ ਵਿਚਕਾਰ ਜਿੰਦਾਬਾਦ ਜਿੰਦਾਬਾਦ ਕਰਨਗੇ আর ਵਾਹੀ ਲੋਕ ਤੇ ਜਿਹੜੇ ਕੱਲ ਤੱਕ ਇਸ ਚੀਜ਼ ਦਾ ਵਿਰੋਧ ਕਰਤੇ ਵੀ ਯੋ ਮੇਰਾ ਗਾਲਤ ਹੋ ਰਿਹਾ ਜੋ ਫਲਾਣਾ ਹੋ ਰਿਹਾ ਜੋਤੀ ਘੜਾ ਹੋ ਰਿਹਾ ਆ ਰਿਸਕੇ ਗੈਲ ਗੈਲ ਵੀਰ ਇੱਕ ਹੋਰ ਮੈਂ ਤੁਹਾਨੂੰ ਖੁਦ ਬਾਤ ਦੱਸਾਂ ਵੀ ਉਹ ਜਿਹੜਾ ਸੁਣਿਆ ਦਾ ਕਹਾ ਵੀ ਉਹ ਪਿਪਲਵਾਨਾ ਕੀ ਮੱਤ ਗਿੱਟਿਆ ਮੋਵਾ ਪਰ ਪਿਛਲੇ 4 ਸਾਲ ਤੱਕ ਯੂ ਬੇਰਜ਼ਗਾਰ ਫਿਰ ਰਿਹਾਤਾ ਆ ਰਿਸ ਨੂੰ ਲਗਿਆ ਵੀ ਇਹ ਪੂਰਾ ਗੇੜੇ ਖਾਣ ਨਾਲੋਂ ਅੱਛਾ ਵੀ ਕਿਸੇ ਕੰਪਨੀ ਨਾਲ ਜੁੜਕਾ ਕੰਮ ਕਰੋ ਉਸਕਾ ਫਾਇਦਾ ਹੋਵੇਗਾ ਬਾਕੀ ਫੋਟੋ ਦਈ ਵੀਰ ਇਹ ਫੋਟੋ ਦੇਖ ਕਾ ਮੈਂ ਤਾਂ ਹਾਸੀ ਆ ਰਹੀ ਇਸ ਫੋਟੋ ਦੇ ਵਿੱਚੋਂ ਮੈਂ ਗਮਲਾ ਫੜਾ ਰਹੇ ਗੁਲਦਸਤਾ ਜਿਹਾ ਫੜਾ ਰਹੇ ਗੁਲਦਸਤੇ ਛੋਟਾ ਜਿਹਾ ਲੱਗ ਰਿਹਾ ਇਸਕੇ ਹੱਥਾਂ ਮੈਂ ਦੇਣਾ ਕੋਈ ਦਰਖਤ ਪੱਟ ਕੇ ਸੀ ਹੱਥਾਂ ਮੈਂ ਫੜਾਂਦੇ ਫੇਰ ਦੂਰ ਤੇ ਪਤਾ ਲੱਗਦਾ ਵਾਕਈ ਬਈ ਇਹ ਇੱਕ ਮਤਲਬ ਗੁਲਦਸਤਾ ਇਸਕੇ ਹੱਥਾਂ ਮੈਂ ਫੜਾਇਆ ਚਲੋ ਘਰ ਆ ਰਿ ਸਕੇ ਗੱਲ ਗੱਲ ਵੀਰ ਤੁਹਾਨੂੰ ਮੈਂ ਦੱਸ ਦਿਆਂ ਬਈ ਇਹ ਜਿਹੜੇ ਪ੍ਰਕਾਸ਼ ਬਾਦਲ ਇਸਕੇ ਪੁੱਤੇ ਦੀ ਜਿੱਥਾ ਬਾਤ ਕਰ ਰਿਹਾ ਅਨੰਤ ਵੀਰ ਹੱਥ ਜੋੜ ਜੋੜ ਕੇ ਬੋਟਾ ਮੰਗ ਰਿਆ ਦਾਦੇ ਵਾਸਤਾ ਮਤਲਬ ਯੂ ਮੈਂ ਦੇਖਿਆ ਮਰੀਆਂ ਜਮੀਰਾਂ ਵਾਲੇ ਲੋਕ ਚਮਚੇ ਬਣ ਕੇ ਇਸ ਦਾ ਪਿੱਛਾ ਪਿੱਛਾ ਫਿਰ ਰਹੇ ਭੀਖਾ ਕਾ ਕੋਈ ਫਿਕਰ ਨਹੀਂ ਕਿਸੇ ਨੂੰ ਫੌਕੀ ਸੋਰਤ ਇਕੱਠੀ ਕਰਨ ਵਾਸਤਾ ਵੀ ਬਾਬੇ ਨੂੰ ਇਸ ਉਮਰ ਮਾ ਜੱਪ ਲੈਣ ਦੇ ਰੱਬ ਦਾ ਨਾਮ ਰੱਬ ਦਾ ਨਾਮ ਨਹੀਂ ਜੱਪਣ ਦੇਣਾ ਬਾਬੇ ਨੂੰ ਕਹਰੇਗਾ ਇੱਕ ਵਾਰ ਫੇਰ ਮੈਦਾਨ ਮਾ ਲੈ ਕਾਣਾ ਆਰੇ ਯੂ ਬਾਬੇ ਨੂੰ ਕੈਮ ਕਰ ਕਾ ਕਾ ਬੋਟਾ ਮਾ ਖੜਾ ਕਰਨਾ ਪਰ ਬਹੁਤ ਹੈਰਾਨੀ ਦੀ ਬਾਤ ਬਈ ਯੋ ਭੀੜ ਦੇਖ ਲਓ ਕਿ ਤਰ੍ਹਾਂ ਛੋਕ ਰਹੇ ਕੇ ਗੋਡਿਆਂ ਨੂੰ ਪੈਰੀ ਡਿਗ ਡਿਗ ਕਾ ਪੈਰ ਹੱਥ ਲਾ ਰਹੇ ਦੱਸੋ ਭਗਵਾਨਤਮਾਨ ਕੀ ਜੇ ਬਾਤ ਕਰਾਂ ਚਾੜੂ ਵਾਲਿਆਂ ਕੀ ਬਾਤ ਕਰਾਂ ਵੀ ਯੋ ਬਾਤ ਹੀ ਬੰਨਣੀ ਪਵੇਗੀ ਵੀ ਇਹਨਾਂ ਨੇ ਯੋ ਬੜੇ ਬੜੇ ਲੀਡਰਾਂ ਕੇ ਬੜੇ ਬੜੇ ਲੀਡਰਾਂ ਨੂੰ ਬਾਹਰ ਘਰ ਤੇ ਕੱਢ ਤੇ ਇਨਕੀ ਜਨਾਨੀਆਂ ਲੋਕਾਂ ਦੇ ਮੁਰਾ ਆਕ ਆ ਵੀਰ ਯੋ ਕਹਿ ਲਓ ਵੀਰ ਵੋਟਾਂ ਮੰਗਣ ਲੱਗੀਆਂ ਵੋਟਾਂ ਮੰਗਣ ਲਾਤੇ ਇਸ ਕੇ ਵਿੱਚ ਮੈਂ ਕੋਈ ਦੋਰ ਆਏ ਨਹੀਂ ਵੀਰ ਆਰ ਪੰਜ ਵਾਰ ਮੁੱਖ ਮੰਤਰੀ ਜਿਹੜਾ ਬਣਿਆ ਚੰਡੀਗੜ੍ਹ ਹਸਪਤਾਲ ਵਿੱਚ ਇਲਾਜ ਕਰਵਾ ਰਿਆ ਪਰ ਯੋ ਕਹ ਰਹੇ ਜੀ ਵੋਟਾਂ ਦੇ ਦਿਓ ਪਰ ਮੈਂ ਤਾਂ ਯੋ ਕਹਾ ਵੀ ਮਨ ਨੂੰ ਨਿਉ ਲੱਗ ਰਿਹਾ ਵੀ ਅਨੰਤਬੀਰ ਆਰ ਯੋ ਸੁਖਵੀਰਵਾਦਲੀ ਕੁੜੀ ਇਹਨਾਂ ਨੂੰ ਟ੍ਰੇਨਿੰਗ ਪਰ ਛੱਡਿਆ ਹਲੇ ਟ੍ਰੇਨਿੰਗ ਪਰ ਛੱਡਤਾ ਬਈ ਥਮ ਟ੍ਰੇਨਿੰਗ ਲਾਓ ਜੇ ਟ੍ਰੇਨਿੰਗ ਦਾ ਮਤਲਬ ਵੀ ਜਿਤਨਾ ਪੱਠੇ ਵਾਲੀ ਗੱਡੀ ਦੇ ਪਿੱਛੇ ਆਪਾਂ ਕੱਟਾ ਬੰਨ੍ਹ ਕੇ ਲੈ ਜਾਂ ਉਸ ਨੂੰ ਰਾਹ ਦਿਖਾ ਦਿਆਂ ਵੀ ਕਾਲੂ ਕਾਲੂ ਜੇ ਤੈਨੂੰ ਜੋੜਨਾ ਗੱਡੇ ਵਿੱਚ ਤੈਨੂੰ ਰਾਹ ਦਾ ਪਤਾ ਹੋਣਾ ਚਾਹੀਦਾ ਕਿਤਰਾ ਚੱਲਣਾ ਕਿਤਰਾ ਨਹੀਂ ਇਸ ਤਰ੍ਹਾਂ ਇਹ ਬੰਮੀ ਚੋਣ ਲੰਬੀ ਸੀਟ ਦੀ ਗੱਲ ਕਰਾਂ ਥਾਈਨ ਕੀ ਪਸਤਾਨੀ ਸੀਟ ਇਸ ਦੇ ਉੱਪਰ ਕੋਈ ਨਾ ਕੋਈ ਬੰਦੇ ਕੀ ਤੋਂ ਲੋਡ ਪਵੇਗੀ ਨਾ ਅੱਗਾ ਫਿਰ ਇਹ ਵੀ ਉਹ ਕਹਿ ਸਕਾ ਵੀ ਜੇ ਅੱਗਾ ਲੋਡ ਪਾਵੇਗੀ ਇਸ ਦੇ ਵਿੱਚ ਮੈਂ ਫਿਰ ਇਹ ਹੋ ਸਕਾ ਬਈ ਜਿੱਤਾ ਵੀ ਜਾਂ ਤੋ ਕਹਿ ਲੋ ਵੀ ਇਹ ਬਾਦਲ ਕੀ ਕੂੜੀ ਖੜੇਗੀ ਜਾਂ ਫਿਰ ਬਾਦਲ ਦਾ ਮੁੱਢਾ ਜੋ ਮਤਲਬ ਸੀਟ ਦੇ ਉੱਪਰ ਪੱਕੀ ਤੌਰ ਤੇ ਖੜ ਜੰਗੇ ਇਹਨਾਂ ਕੇ ਆਤਮਾ ਇਓ ਸੀਟ ਨੂੰ ਅਲਰਟ ਕਰ ਦੇਗੇ ਖੈਰ ਚਲੋ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਵਿੱਚ ਹੋਰ ਬਾਤਾਂ ਕਰਨੇ ਬਹੁਤ ਦਿਲ ਕਰਾ ਪਰ ਕੀ ਕਰਾਂ ਡਾਕਟਰ ਸਾਹਿਬ ਸਖਤਾਈ ਗੱਲ ਕਹਿ ਕੇ ਕਹਾ ਵੀਰ ਇਹ ਤੇਰੀ ਮਰਜ਼ੀ ਜੇ ਤਾਓ ਇਬ ਥੋੜਾ ਜਿਹਾ ਸੈਂਦਾ ਸੈਂਦਾ ਚੱਲੇਗਾ ਤਾਂ ਚੰਗਾ ਰਹੇਗਾ ਨਹੀਂ ਤੇਰੇ ਵਾਸਤਾ ਓਖਾ ਤਾਂ ਹੀ ਸੀ ਕਰ ਕਾ ਵੀਰ ਆਪਾਂ ਜਿਆਦਾ ਲਾਲਚ ਨਹੀਂ ਕਰਦੇ ਵੀਰ ਔਰ ਕੱਲ੍ਹ ਨੂੰ ਸੀ ਟਾਈਮ ਫੇਰ ਕਰਾਂਗੇ ਆਪਾਂ ਗੱਲਬਾਤ ਇਬ ਲਾਡੇ ਕੀ ਸਾਰਿਆਂ ਨੂੰ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ